सत श्री अकाल पंजाब स्टार टीवी वेख रहे सारे दर्शकों का स्वागत है। मैं हाँ कमलजीत कौर। नवंबर महीने की मिठी मिठी निघी निघी धुप पर दिल्ली कतलेआम की अग दे विच सड़ रही सी। नवंबर के शुरुआती दिन सिख भाईचारे के लिए बेहद दर्दनाक रहे। पहला जून 1984 का दर्द सीने ते हंडाया ते फिर सिख कतलेआम दिल्ली दे विच जो होया ओ बहुत सारे सिखा ने अपने सीने ते अपने पिंडे ते हंडाया। कुछ सिख अजिहे ने जो राज भाग दे मालक सन ते ओ राज भाग उस कतलेआम दे दौरान पूरी तरह उजड़ गया ते मुड़ उस राज भाग नू मानण दा कदे मौका नहीं मिलिया। 84 पीड़ितां दी लिस्ट बहुत लंबी है ते दुख बहुत वड्डे ने। 36 साल बीत गए ने पर अज भी ओ दर्द नासूर बणते ने। अखां दे सामने उवें रील आ घूमती है। अज 4 नवंबर है ते 1984 कतलेआम दे जिहड़े दिन ने ओ चल रहे ने। बहुत सारे पीड़ित अज दे दिन इन्हां दिनां दे विच उन्हां यादां नू याद कर करके रो रहे ने। सीने दे विच वलेट पैंदे ने कि किवें ओ सारा वरतारा वापरिया। साढ़े नाल माता जी मौजूद ने जिन्हां दे नाल गलबात करांगे। 84 कतलेआम दे दौरान जिन्हां दे परिवार ने बहुत वड्डा संताप हंडाया है। बहुत अमीर जिहड़े परिवार तों ही बिलोंग करदे सन ते सारा कुछ कतलेआम दे दौरान तहस नहस हो गया। माता जी बहुत बहुत स्वागत है तुहाडा। 1984 कतलेआम तुसीं अपने पिंडे ते हंडाया है। तुहाडे परिवार ने इह दर्द बहुत नेड़े तों वेख्या है। इस दर्द दी शुरुआत कदों हुंदी है? ਪਹਿਲੀ ਨਵੰਬਰ ਨੂੰ ਹੁੰਦੀ ਹੈ। 31 ਨੂੰ ਜਨਵਰੀ 31 ਅਕਤੂਬਰ ਨੂੰ ਮਤਲਬ ਜਿਵੇਂ ਇੰਦਰਾ ਗਾਂਧੀ ਮਰੀ ਸੀ ਉਸ ਤੋਂ ਬਾਅਦ ਬਈ ਸਾਡੇ ਸਰਦਾਰ ਜੀ ਇੱਕ ਡਰਾਈਵਰ ਸੀਗੇ ਟਰੱਕ ਚਲਾ ਰਹੇ ਸੀ ਰਾਹ ਵਿੱਚ ਘੇਰੇ ਗਏ ਟਰੱਕ ਹੀ ਘੇਰ ਲਿਆ ਸੀ। ਫਿਰ ਲੁਕਦੇ ਲਿਖਾਉਂਦੇ ਸੜਕਾਂ ਦੇ ਭੱਜਦੇ ਭਜਾਉਂਦੇ ਕਿ ਪੁਲਿਸ ਥਾਣੇ ਪਹੁੰਚੇ ਉੱਥੇ ਵੀ ਉਹਨਾਂ ਨਹੀਂ ਸੁਣੀ। ਫਿਰ ਲੁਕਦੇ ਲਿਖਾਉਂਦੇ ਘਰ ਆ ਗਏ ਸੀਗੇ ਇੱਕ ਵਾਰੀ ਤੇ ਬਸ ਫਿਰ ਸਾਰਾ ਦਿਨ ਘਰ ਰਹੇ ਅਸੀਂ ਅੰਦਰ ਰਹੇ। ਫਿਰ ਸ਼ਾਮ ਨੂੰ ਰੌਲਾ ਬਹੁਤਾ ਪੈ ਗਿਆ ਇਧਰੋਂ ਪੀੜ ਆ ਗਈ ਇਧਰੋਂ ਪੀੜ ਆ। ਤੁਹਾਡਾ ਮੁਹੱਲਾ ਕਿਹੜਾ ਸੀਗਾ? ਕਿਸ ਮੁਹੱਲੇ 'ਚ ਰਹਿੰਦੇ ਸੀ ਤੁਸੀਂ ਉਸ ਦੌਰ ਦੇ ਵਿੱਚ ਜਿਸ ਟਾਈਮ ਇਹ ਘਟਨਾ ਘਟੀ? ਭਗਵਾਨਪੁਰ ਖੇੜਾ ਲੋਨੀ ਰੋਡ ਸ਼ਾਦਰਾ ਸ਼ਾਦਰਾ ਗਲੀ ਨੰਬਰ 1 ਤੇ ਉੱਥੇ ਰਹਿੰਦੇ ਸੀ ਉਹ। ਫਿਰ ਸਾਰਾ ਦਿਨ ਘਰ ਰਹੇ। ਫਿਰ ਸ਼ਾਮ ਨੂੰ ਗੁਆਂਢੀ ਕਹਿਣ ਲੱਗੇ ਵੀ ਸਾਡੇ ਵੱਲ ਬੰਦੇ ਲੁਕਾ ਦਿਓ ਅਸੀਂ ਛੁਪਾ ਲੈਂਦੇ ਹਾਂ। ਗੁਆਂਢੀ ਤੁਹਾਡੇ ਹਿੰਦੂ ਸੀਗੇ? ਹਾਂ ਗੁਸਾਈ ਗੁਸਾਈ ਜਿਹਨੂੰ ਪਤਾ ਨਹੀਂ ਕੀ ਕਹਿੰਦੇ ਆ ਉਹਨਾਂ ਨੂੰ। ਬਸ ਫਿਰ ਉਹ ਬੰਦਿਆਂ ਲੈ ਗਏ ਅਸੀਂ ਜਨਾਨੀਆਂ ਫਿਰ ਨਨਾਣ ਮੇਰੀ ਦੇ ਘਰ ਚਲੇ ਗਏ ਲੇਡੀ ਦੋ ਬੱਚੇ ਤਿੰਨ ਅਤੇ ਉਹਦੀ ਬੇਟੀ ਸੀ ਦਰਾਣੀ ਦੀ ਅਤੇ ਸਾਡੇ ਤਿੰਨ ਮੁੰਡੇ ਸੀ ਮੇਰੇ। ਉੱਧਰ ਜਾ ਕੇ ਲੋਕ ਉਹਨਾਂ ਨੂੰ ਫਿਰ ਸ਼ਾਮ ਨੂੰ ਰਾਤ ਨੂੰ ਵਾਲ ਵੂਲ ਕੱਟ ਦਿੱਤੇ 4 ਵਜੇ ਇੱਕ ਰੌਲਾ ਪਾ ਤਾ ਜਿਹਦੇ ਘਰ ਛੁਪੇ ਨੇ ਉਹਨਾਂ ਨੂੰ ਮਾਰ ਦਿਆਂਗੇ ਜਿਹਦੇ ਘਰ ਛੁਪੇ ਨੇ ਉਹਨਾਂ ਨੂੰ ਮਾਰ ਦਿਆਂਗੇ। ਫਿਰ ਉਹ ਗਸਾਈਆਂ ਦੇ ਘਰੋਂ ਮੇਰੇ ਹਸਬੈਂਡ ਭੱਜ ਕੇ ਅਤੇ ਗਲੀ 'ਚ ਗਏ ਅਤੇ ਉੱਥੇ ਟਰੱਕ ਪਿੱਛੇ ਲੁੱਕ ਗਏ ਅਤੇ ਉੱਥੇ ਉਹਨਾਂ ਨੂੰ ਗੋਲੀ ਮਾਰਤੀ। ਗੋਲੀ ਕਿਹਨੇ ਮਾਰੀ? ਇਹ ਨਹੀਂ ਪਤਾ ਹੁਣ। ਭੀੜ ਭੜਕਾ ਬਹੁਤ ਸੀਗਾ ਅਸੀਂ ਦੇਖਿਆ ਨਹੀਂ ਅਸੀਂ ਉੱਪਰ ਸੀ ਨਨਾਣ ਦੇ ਘਰ ਉੱਪਰ ਬੈਠੇ ਸੀ। ਇਹ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹ ਗੋਲੀ ਦਾ ਸ਼ਿਕਾਰ ਹੋ ਗਏ ਨੇ? ਕਿਸੇ ਨੇ ਦੱਸਿਆ ਵੀ ਗੋਲੀ ਮਾਰੀ ਹੈ ਉਹਨਾਂ ਦੇਖਿਆ ਸੀ ਭੱਜਦੇ ਆਇਆ ਨੂੰ। ਫਿਰ ਗੋਲੀ ਮਾਰਦੀ ਫਿਰ ਡੈਥ ਹੋ ਗਈ ਹੋਣੀ ਜਾਂ ਕਿਸੇ ਦੇ ਘਰ ਫਿਰ ਲਿਆ ਕੇ ਸਾੜੇ ਤਾਂ ਸੋਫੇ 'ਤੇ। ਕਾਂਗਰਸੀ ਵਿੱਚ ਰਲੇ ਭਗਤ ਸਿੰਘ ਹੋਏ ਜਾਂ ਜਿਹੜੇ ਵੀ ਹੋਏ ਸੱਜਣ ਕੁਮਾਰ ਹੋਏ ਸਾਰੇ ਰਲੇ ਅਸੀਂ ਵਿੱਚੇ ਹੀ। ਇਹਨਾਂ ਹੀ ਭੇਜੇ ਸਾਰੀ ਭੀੜ ਭੜਕਾ ਮੁਸਲਮਾਨ ਜਿਹੜੇ ਵਿੱਚ ਹੈਗੇ ਸੀ ਸਾਰੇ ਨਾਲ ਰਲ ਗਏ ਫਿਰ ਮਹੱਲੇ ਦੇ ਵੀ ਅਤੇ ਫਿਰ ਉੱਧਰ ਜਾ ਕੇ ਸਾੜ ਦਿੱਤਾ। ਫਿਰ ਸਾਡੇ ਨਨਾਣ ਨੇ ਬੱਚਿਆਂ ਦੇ ਵਾਲ ਵੂਲ ਕੱਟ ਕੇ ਅਤੇ ਛੁਪਾਇਆ ਤਾਂ ਸਹੀ। ਫਿਰ ਉਹਨਾਂ ਨੂੰ ਡਰ ਪੈ ਗਿਆ ਵੀ ਉਹਨਾਂ ਦੇ ਵੀ ਹੱਥ ਖੜ੍ਹੇ ਹੋ ਗਏ ਵੀ ਸਾਨੂੰ ਹੀ ਨਾ ਮਾਰ ਦੇਣ। ਫਿਰ ਉਹਨਾਂ ਕਿਹਾ ਤੁਸੀਂ ਵੀ ਜਾ ਸਕਦੇ ਜਿੱਥੇ ਜਾਣਾ। ਫਿਰ ਅਸੀਂ ਦਰਾਣੀ ਮੈਂ ਅਤੇ ਸਵੇਰੇ ਉਹਨੂੰ ਸਾੜੀਆਂ ਬੰਨ੍ਹ ਦਿੱਤੀਆਂ ਸਾਨੂੰ ਨਨਾਣ ਮੇਰੀ ਵੀ ਕੋਈ ਪਛਾਣ ਨਾ ਲਵੇ। ਅਸੀਂ ਫਿਰ ਹੌਲੀ ਹੌਲੀ ਸਟੇਸ਼ਨ 'ਤੇ ਗਏ ਸ਼ਾਦਰੇ ਉੱਥੋਂ ਗੱਡੀ ਫੜੀ ਸਬਜ਼ੀ ਮੰਡੀ ਗਏ ਉੱਥੇ ਜਾ ਕੇ ਫਿਰ ਅਸੀਂ ਥੋੜ੍ਹੇ ਦਿਨ ਰਹੇ। ਫਿਰ 10-12 ਦਿਨਾਂ ਬਾਅਦ ਫਿਰ ਸਾਨੂੰ ਗੁਆਂਢੀ ਆ ਕੇ ਉੱਥੇ ਪਰਿਵਾਰ 'ਚ ਕਿੰਨੇ ਜੀ ਸੀਗੇ?
ਕਿੰਨੇ ਮਰਦ ਸੀ ਜੋ ਇਸ ਵਾਰਦਾਤ ਦਾ ਸ਼ਿਕਾਰ ਹੋਏ? ਚਾਰ। ਕੌਣ ਕੌਣ? ਇੱਕ ਤੁਹਾਡੇ ਪਤੀ ਤੁਸੀਂ ਦੱਸਿਆ। ਇੱਕ ਦਿਓਰ ਸੀਗਾ, ਇੱਕ ਸਹੁਰਾ ਸੀ, ਸਹੁਰੇ ਦਾ ਭਰਾ ਸੀ। ਹਸਬੈਂਡ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਗੋਲੀ ਮਾਰ ਕੇ ਜਿਹੜੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ, ਔਰ ਬਾਕੀ ਜਿਹੜੇ ਤਿੰਨ ਦੂਜਿਆਂ ਦਾ ਕੋਈ ਨਹੀਂ ਪਤਾ, ਮੈਨੂੰ ਕਿੱਥੇ ਮਰੇ ਆ ਕਿੱਥੇ ਨਹੀਂ ਮਰੇ ਕੋਈ ਪਤਾ ਨਹੀਂ। ਅਜੇ ਤੱਕ ਕੋਈ ਸੁਰਾਗ ਨਹੀਂ, ਕੋਈ ਸੁਰਾਗ ਨਹੀਂ ਮਿਲਿਆ ਇਹਦੇ। ਹਸਬੈਂਡ ਮੇਰੇ ਤਾਂ ਫਿਰ ਪਤਾ ਲੱਗ ਗਿਆ ਵੀ ਗੋਲੀ ਮਾਰੀ ਤੇ ਇੱਥੇ ਸਾੜਿਆ ਸੀਗਾ ਉਹਨਾਂ ਨੇ। ਫਿਰ ਉਦੋਂ ਥੋੜੇ ਦਿਨਾਂ ਬਾਅਦ ਅਸੀਂ ਫੁੱਲ ਚੁੱਕ ਕੇ ਤੇ ਪਰਵਾਹ ਆਏ ਸੀਗੇ। ਕੀ ਕੰਮ? ਟਰਾਂਸਪੋਰਟ ਦਾ ਕਾਰੋਬਾਰ ਸੀ ਉਹਨਾਂ ਦਾ? ਤੁਸੀਂ ਟਰੱਕ ਦੇ ਟਰੱਕ ਚਲਾਉਂਦੇ? ਡਰਾਈਵਰ ਆਪਣੇ ਦੋ ਟਰੱਕ ਸੀਗੇ, ਇੱਕ ਤੇ ਸਾਡਾ ਸੀ, ਇੱਕ ਦਿਓਰ ਦਾ ਸੀ। ਬਸ ਉਹ ਸਾਡਾ ਤਾਂ ਸਾੜ ਹੀ ਗਏ ਸੀ ਬਿਲਕੁਲ ਟਰੱਕ, ਦਿਓਰ ਦਾ ਬਚ ਗਿਆ ਸੀ ਉਹ। ਫਿਰ ਜਿਹਨਾਂ ਦਾ ਹੈ ਸੀ ਮਾਲਕਾਂ ਦਾ, ਜਿੰਨਾ ਦੇ ਟਰਾਂਸਪੋਰਟ 'ਤੇ ਲੱਗਾ ਹੋਇਆ ਸੀ ਉਹਨਾਂ ਰੱਖ ਲਿਆ, ਪੈਸੇ ਉਹਨਾਂ ਦੇ ਕਿਸ਼ਤਾਂ 'ਤੇ ਲਿਆ ਹੋਇਆ ਸੀ ਕਿ ਉਹਨਾਂ ਨੂੰ ਰੱਖ ਲਿਆ। ਬਸ ਲੁਕ ਛਿਪ ਕੇ ਤੁਸੀਂ ਜ਼ਿਕਰ ਕੀਤਾ ਕਿ ਟ੍ਰੇਨ ਫੜ ਕੇ ਸਬਜ਼ੀ ਮੰਡੀ ਵੱਲ ਜਾਂਦੇ ਹੋ, ਤੇ ਉਸ ਤੋਂ ਬਾਅਦ ਉੱਥੇ ਕਿੱਥੇ ਜਾਂਦੇ ਹੋ ਤੇ ਕੀ ਕੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ? ਬਸ ਅਸੀਂ ਤੇ ਫਿਰ ਸਿੱਧੇ ਕੈਂਪ 'ਚ ਗਏ ਹਾਂ ਅਸੀਂ, ਫਿਰ ਮੁੜ ਕੇ ਸਬਜ਼ੀ ਮੰਡੀ ਭਰਾ ਦੇ ਕਰ ਰਹੇ ਹਾਂ ਥੋੜ੍ਹੇ ਦਿਨ। ਉੱਥੇ ਫਿਰ ਮੈਨੂੰ ਲੈ ਗਏ ਸਰਦਾਰ ਜੀ ਜਿਹੜੇ ਸਾਡੇ ਘਰ ਦੇ ਨਾਲ ਸੀ। ਕਾਂਗਰਸੀ ਲੀਡਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਸੱਜਣ ਕੁਮਾਰ ਦਾ ਵੀ ਬੜਾ ਨਾਮ ਆਇਆ, ਜਗਦੀਸ਼ ਟਰੈਕਟਰ ਦਾ ਵੀ। ਕੀ ਤੁਸੀਂ ਕਿਸੇ ਨੂੰ ਵੇਖਿਆ ਭੀੜ ਨੂੰ ਉਕਸਾਉਂਦੇ ਹੋਏ? ਮੈਂ ਨਹੀਂ ਕਿਸੇ ਨੂੰ ਵੇਖਿਆ, ਨਾ ਅਸੀਂ ਬਾਹਰ ਨਿਕਲੇ ਹਾਂ, ਨਾ ਅਸੀਂ ਦੇਖਿਆ ਕਿਸੇ। ਰੌਲਾ ਬੜਾ ਪੈਂਦਾ ਰਿਹਾ, ਅਸੀਂ ਨਾ ਕਿਸੇ ਵੇਖਿਆ ਨਹੀਂ ਹੈ। ਉਹ ਜਿਵੇਂ ਦਿਖਾਉਂਦੇ ਨੇ ਟੀਵੀਆਂ ਵਿੱਚ ਉਦੋਂ ਦੇਖਦੇ ਹੀ ਰਹੀਦਾ ਵੀ ਆਇਆ, ਪਰ ਪਛਾਣ ਮੈਨੂੰ ਕੋਈ ਨਹੀਂ ਹੈਗੀ ਕਿਸੇ ਦੀ। ਕੈਂਪਾਂ 'ਚ ਕਿਹੋ ਜਿਹਾ ਮਾਹੌਲ ਸੀਗਾ ਜਦੋਂ ਤੁਸੀਂ ਕੈਂਪ ਗਏ ਹੋ? ਉੱਥੇ ਲੋਕ ਆਪਣੇ ਆਪਣੇ ਦਰਦ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦਰਦ ਨੇ ਉਹ ਬਿਆਨ ਕਰਦੇ ਹੋਣਗੇ। ਕੋਈ ਇਹੋ ਜਿਹੀ ਘਟਨਾ ਜਿਹੜੀ ਹੋਈ ਹੋਵੇ ਜਿਹੜੀ ਤੁਹਾਨੂੰ ਯਾਦ ਹੋਵੇ ਕਿ ਕਿਸੇ ਦਾ ਪਰਿਵਾਰ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ? ਇਹਦਾ ਪਰਿਵਾਰ ਬਹੁਤ ਸੀਗੇ, ਮੈਨੂੰ ਯਾਦ ਨਹੀਂ ਹੈ ਕਿਸੇ ਦੀ ਕਿੱਦਾਂ, ਕਿਸੇ ਦੇ ਵੀਹ ਵੀਹ ਬੰਦੇ ਕਰਦੇ ਗਏ ਆ, ਇੱਕੀ ਇੱਕੀ ਬੰਦੇ ਕਰਦੇ ਗਏ ਆ, ਕਿਸੇ ਦੇ ਚਾਰ ਗਏ ਆ, ਕਿਸੇ ਦੇ ਅੱਠ ਗਏ ਆ, ਕੋਈ ਪਤਾ ਹੀ ਨਹੀਂ ਹੈ, ਅੰਦਾਜ਼ਾ ਹੀ ਨਹੀਂ ਹੈ। 4 ਨਵੰਬਰ ਦੇ ਦਿਨ ਤੱਕ ਜਿਹੜਾ ਕਤਲੇਆਮ ਹੈ ਉਹ ਹੁੰਦਾ ਰਿਹਾ ਹੈ, ਹਾਂਜੀ, ਤੇ ਉਸ ਤੋਂ ਬਾਅਦ ਇਹ ਸਾਰੀ ਚੀਜ਼ ਨੋਰਮਲ ਹੋਣ ਨੂੰ ਕਿੰਨਾ ਵਕਤ ਲੱਗਿਆ? ਕਦੋਂ ਤੁਸੀਂ ਆਪਣੇ ਘਰ ਵਾਪਸ ਆਏ? ਅਸੀਂ ਘਰ ਤੇ ਵਾਪਸ ਆਏ ਨਹੀਂ ਆ, ਕੈਂਪ 'ਚ ਹੀ ਰਹੇ ਹਾਂ। ਫਿਰ ਉਸ ਤੋਂ ਬਾਅਦ ਤਿਲਕ ਵਿਹਾਰ ਸਾਨੂੰ ਕੁਆਟਰ ਮਿਲ ਗਿਆ ਸੀ, ਉੱਥੇ ਆਏ ਸਿੱਧੇ। ਤਿਲਕ ਵਿਹਾਰ ਕਿੰਨੀ ਦੇਰ ਰਹੇ? ਉੱਥੇ 2 ਸਾਲ ਰਹੇ ਹਾਂ, ਉੱਥੇ 2-2.5 ਸਾਲ ਰਹੇ ਹਾਂ। ਫਿਰ 2686 'ਚ ਜਦੋਂ ਦੁਬਾਰਾ ਹੋਇਆ, 14 ਬੰਦੇ ਉੱਥੇ ਮੁਕਤਸਰ ਮਰੇ, ਪਤਾ ਨਹੀਂ ਕਦੋਂ ਮਰੇ ਸੀ। ਉਦੋਂ ਵੀ ਕਰਫਿਊ ਲੱਗ ਗਿਆ ਸੀ, ਬੱਚੇ ਗਏ ਸੀ ਮੇਰੇ ਸਕੂਲ ਕਾਲਜ, ਉੱਥੇ ਫਿਰ ਪਥਰਾਵ ਬੜਾ ਹੁੰਦਾ ਰਿਹਾ, ਕਰਫਿਊ ਲੱਗ ਗਿਆ, ਫਿਰ ਬੜੀ ਮੁਸ਼ਕਲ ਉੱਥੋਂ ਨਿਕਲੇ। ਤੇ ਪੁਲਿਸ ਥਾਣੇ ਤੱਕ ਵੀ ਅਪਰੋਚ ਕੀਤੀ ਗਈ ਹੋਏਗੀ, ਕਿਉਂਕਿ ਜਦੋਂ ਇਹੋ ਜਿਹੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਬੰਦਾ ਸਭ ਤੋਂ ਪਹਿਲਾਂ ਪੁਲਿਸ ਦਾ ਹੀ ਆਸਰਾ ਲੈਣ ਜਾਂਦਾ ਹੈ। ਉਹ ਆਏ ਸੀ, ਇੰਟਰਵਿਊ ਲੈਂਦੇ ਰਹਿਣ, ਬਿਆਨ ਲੈਂਦੇ ਰਹਿਣ, ਜਿਹੜੇ ਜਿਹੜੇ ਆਉਂਦੇ ਰਹੇ ਨੇ। ਕੋਈ ਕਾਰਵਾਈ ਕੀਤੀ ਗਈ ਕਿਸੇ ਵੱਲੋਂ? ਕਾਰਵਾਈ ਤਾਂ ਬਸ ਬਿਆਨ ਹੀ ਫਰਾਈਆਂ ਬਣਾਉਂਦੇ ਰਹਿਣ ਤੇ ਕਾਰਵਾਈਆਂ ਕਾਪੇ ਕਰਦੇ ਰਹਿਣ, ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ। ਤੁਸੀਂ ਦੱਸਿਆ ਕਿ ਤੁਹਾਡਾ ਟਰਾਂਸਪੋਰਟ ਦਾ ਬਿਜ਼ਨਸ ਸੀਗਾ, ਹਾਂਜੀ, ਤੇ ਬਹੁਤ ਵਧੀਆ ਕਾਰੋਬਾਰ ਸੀ, ਬੜੇ ਹੀ ਸੌਖੇ ਸੀ ਤੁਸੀਂ ਘਰੋਂ, ਤੇ ਜਦੋਂ ਇੱਕ ਵਰਤਾਰਾ ਹੁੰਦਾ ਹੈ ਤੇ ਸਾਰਾ ਕੁਝ ਤਬਾਹ ਹੋ ਜਾਂਦਾ ਹੈ, ਉਸ ਤੋਂ ਬਾਅਦ ਪੈਰਾਂ ਸਿਰ ਹੋਣ 'ਚ ਬਹੁਤ ਵਕਤ ਲੱਗਿਆ ਹੋਏਗਾ, ਫਿਰ ਕਿਵੇਂ ਤੁਸੀਂ ਗੁਜ਼ਾਰਾ ਕਰਦੇ ਸੀ? ਬਸ ਮੈਂ ਸਿਲਾਈ ਦਾ ਕੰਮ ਕਰਦੀ ਰਹੀ ਹਾਂ, ਤੇ ਬਸ ਇਹ ਸਿਲਾਈ ਦੇ ਕੰਮ ਸ਼ੁਰੂ ਤੋਂ ਕਰਦੀ ਰਹੀ ਹਾਂ ਮੈਂ ਉਦੋਂ ਦਾ। ਸਿਲਾਈ ਦੇ ਕੰਮ ਦੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸਾਰਾ ਕੁਝ ਕੀਤਾ ਬੱਚਿਆਂ ਦਾ। ਬੱਚੇ ਕਿੰਨੇ ਸੀ ਤੁਹਾਡੇ? 3 ਬੱਚੇ ਸੀ, ਇੱਕ ਦੀ ਡੈਥ ਹੋ ਗਈ ਸੀ, 2 ਰਹੇ ਨੇ। ਤੇ ਸਿਲਾਈ ਦੇ ਸਿਰ ਤੇ ਹੀ ਤੁਸੀਂ ਆਪਣੇ ਬੱਚਿਆਂ ਨੂੰ ਪਾਲਿਆ? ਬਸ ਸਿਲਾਈ ਦੇ ਸਿਰ ਤੇ ਹੀ ਸਾਰਾ ਕੁਝ ਕੀਤਾ। ਹੁਣੇ ਅਸੀਂ ਮਾਤਾ ਸੁਰਜੀਤ ਕੌਰ ਜੀ ਦੇ ਨਾਲ 1984 ਦਾ ਜਿਹੜਾ ਘਟਨਾਕ੍ਰਮ ਹੈ, ਕਿਵੇਂ ਉਹਨਾਂ ਦੇ ਪਰਿਵਾਰ ਦੇ ਨਾਲ ਬੀਤੀ, ਉਹ ਗੱਲਬਾਤ ਕੀਤੀ। ਉਹਨਾਂ ਦੇ ਬੇਟੇ ਸੁਖਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ, ਜੋ ਉਸ ਵੇਲੇ 5 ਜਾਂ 6 ਸਾਲ ਦੇ ਸੀ, ਉਹਨਾਂ ਨੂੰ ਵੀ ਇਹ ਘਟਨਾਕ੍ਰਮ ਯਾਦ ਹੈ, ਧੁੰਦਲੀ ਯਾਦ, ਕਿਤੇ ਨਾ ਕਿਤੇ ਜ਼ਹਿਨ ਦੇ ਵਿੱਚ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਅ ਜੀ, 1984 ਦਾ ਜਿਹੜਾ ਦੌਰ ਸੀਗਾ, ਤੁਹਾਡੇ ਮਾਤਾ ਜੀ ਤੋਂ ਪਤਾ ਲੱਗਿਆ ਕਿ ਬੇਹੱਦ ਦਰਦਨਾਕ ਸਮੇਂ ਦੇ ਵਿੱਚੋਂ ਜਿਹੜਾ ਤੁਹਾਡਾ ਪਰਿਵਾਰ ਹੈ ਉਹ ਗੁਜ਼ਰਿਆ, ਤੇ ਤੁਸੀਂ ਕੀ ਹੰਢਾਇਆ, ਕੀ ਸੋਚਦੇ ਸੀ ਉਸ ਵੇਲੇ ਕਿ ਕੀ ਹੋਣ ਵਾਲਾ? ਕਿਉਂਕਿ ਬੱਚਾ ਮਨ ਜਿਹੜਾ ਹੁੰਦਾ ਇਹ ਸਾਰੇ ਘਟਨਾਕ੍ਰਮਾਂ ਤੋਂ ਡਰ ਜਾਂਦਾ, ਕਿਉਂਕਿ ਨਹੀਂ ਪਤਾ ਹੁੰਦਾ ਸਮਾਜ ਦੇ ਤਾਣੇ ਬਾਣੇ ਦਾ, ਤੇ ਤੁਸੀਂ ਉਸ ਵੇਲੇ ਕੀ ਮਹਿਸੂਸ ਕਰ ਰਹੇ ਸੀ? ਮੈਂ ਤੇ ਬਹੁਤ ਡਰਿਆ ਮਹਿਸੂਸ ਕਰਦਾ ਸੀ ਆਪਣਾ, ਜਦੋਂ ਅਸੀਂ ਵਾਲ ਕੱਟ ਕੇ ਨਿਕਲ ਰਹੇ ਸੀ, ਆਸੇ ਪਾਸੇ ਤੁਹਾਡੇ ਵਾਲ ਕੱਟੇ ਗਏ? ਹਾਂ, ਵਾਲ ਕੱਟੇ ਗਏ, ਤੇ ਬਾਹਰ ਸੜਕ ਤੋਂ ਅਸੀਂ ਜਾ ਰਹੇ ਸੀ ਮੰਮੀ ਦੇ ਪਿੱਛੇ ਪਿੱਛੇ, ਉਹ ਸਾਰੀ ਅੱਗਾਂ ਲੱਗੀ ਹੋਈਆਂ, ਕਿਤੇ ਅੱਗ ਲੱਗੀ ਹੋਈ ਕਿਤੇ ਨਹੀਂ, ਏਦਾਂ ਸਾਰਾ ਕੁਝ ਖੰਡਿਆ ਹੋਇਆ ਸੀ ਪੂਰਾ। ਕੋਲੋਂ ਲੰਘਦੇ ਹੋਏ ਕਈ ਬੰਦੇ ਲਾਸ਼ਾਂ ਵੀ ਦੇਖੀਆਂ ਸੀ, ਬਹੁਤ ਔਖੇ ਨਿਕਲੇ।
उस तो बाद काफी देर ਤੁਸੀਂ ਕਿਹਾ ਕਿ ਮੈਂ ਡਰ ਗਿਆ, ਤੁਸੀਂ ਸਹਿਮੇ ਹੋਵੋਗੇ ਤੇ ਜਿੱਦਾਂ ਤੁਸੀਂ ਕੈਂਪ 'ਚ ਰਹੇ ਹੋ, ਕੈਂਪ 'ਚ ਵੀ ਰਹੇ ਹੋ? ਹਾਂਜੀ ਕੈਂਪ 'ਚ ਗਏ ਸੀ ਮਾਤਾ ਜੀ ਦੇ ਨਾਲ, ਤੇ ਉੱਥੇ ਕਿਹੋ ਜਿਹਾ ਮਾਹੌਲ ਸੀ? ਉੱਥੇ ਬੰਦੇ ਤੇ ਬੰਦਾ ਬਹੁਤ ਦੁਨੀਆ ਸੀ, ਰੋਟੀ ਵਗੈਰਾ ਕੁਛ ਨਹੀਂ, ਜਦੋਂ ਵੀ ਆਉਂਦੇ ਸੀ ਭੱਜੇ ਹੋ ਜਾਂਦੇ ਸੀਗੇ, ਭੁੱਖੇ, ਕੁਝ ਕੋਈ ਪਾਣੀ ਨਹੀਂ, ਕੋਈ ਰੋਟੀ ਨਹੀਂ, ਬਹੁਤ ਮੁਸ਼ਕਲ ਰਹੀ ਸੀ ਉੱਥੇ। ਤੇ ਅੱਖਾਂ ਆਪਣੇ ਪਾਪਾ ਨੂੰ ਜ਼ਰੂਰ ਲੱਭਦੀਆਂ ਹੋਣਗੀਆਂ ਉਸ ਟਾਈਮ, ਕਿਉਂਕਿ ਇਹੋ ਜਿਹੇ ਦੌਰ ਦੇ ਵਿੱਚ ਜਦੋਂ ਬੱਚਾ ਸਭ ਤੋਂ ਪਹਿਲਾਂ ਪਾਪਾ ਨੂੰ ਯਾਦ ਕਰਦਾ ਔਖੀ ਘੜੀ ਦੇ ਵਿੱਚ, ਤੇ ਉਸ ਟਾਈਮ ਤੁਸੀਂ ਆਪਣੇ ਫਾਦਰ ਨੂੰ ਜ਼ਰੂਰ ਲੱਭਦੇ ਹੋਵੋਗੇ, ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀ ਉਸ ਟਾਈਮ ਤੇ? ਜੀ ਬਸ ਡਰੇ ਹੋਏ ਸੀ, ਸਾਨੂੰ ਤੇ ਬਸ ਆਪਣੀ ਜਿਹੜੀ ਨਾਲ ਮਾਂ ਸੀ ਉਹ ਹੀ ਦਿਖਦੀ ਸੀ, ਹੋਰ ਕੁਛ ਨਹੀਂ ਆਉਂਦਾ ਸੀ। ਤੇ ਪੁੱਛਿਆ ਨਹੀਂ ਆਪਣੀ ਮਾਂ ਨੂੰ ਕਿ ਪਾਪਾ ਕਿੱਥੇ ਗਏ? ਪੁੱਛਿਆ ਪਰ ਉਹ ਗੱਲਾਂ ਇਗਨੋਰ ਕਰਦੇ ਤੇ ਸੀ, ਬਈ ਕੋਈ ਨਹੀਂ ਕੋਈ ਨਹੀਂ ਦੱਸੂਗੀ ਮੈਂ, ਚਲੋ ਚਲੋ ਅਸੀਂ ਚਲੋ ਚੁੱਪ ਕਰੇ ਬੈਠੇ ਹੋਏ ਤਾਂ ਜਿਵੇਂ ਡਰਾ ਕੇ ਰੱਖਦੇ ਸਾਰੇ ਉਵੇਂ ਸੀ ਜੀ। ਮੈਨੂੰ ਤਾਂ ਇੱਕੋ ਸੀਨ ਯਾਦ ਹੈ ਵੀ ਅਸੀਂ ਜਾ ਰਹੇ ਹਾਂ, ਤਿੰਨੋਂ ਨੇ ਚਾਰੇ ਪਾਸੇ ਅੱਗ ਉੱਗ ਹੋਇਆ, ਕੋਈ ਲਾਸ਼ਾ ਹੈ, ਤੇ ਅਸੀਂ ਤਿੰਨੋਂ ਭਰਾ ਇਕੱਠੇ ਵਾਲ ਕੱਟ ਕੇ ਲਾਈਨ 'ਚ, ਮੰਮੀ ਅੱਗੇ ਗਏ ਪਿੱਛੇ ਪਿੱਛੇ, ਅਸੀਂ ਬਸ ਹੋਰ ਹੀ ਨਹੀਂ ਯਾਦ ਹੈ ਮੈਨੂੰ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸਨ 84 ਪੀੜਿਤ ਪਰਿਵਾਰ ਜਿਨ੍ਹਾਂ ਨੇ ਜਿਹਨ ਦੇ ਵਿੱਚ ਧੁੰਦਲੀ ਯਾਦ ਸਮਾਈ ਹੋਈ ਹੈ ਕੀ ਉਹਨਾਂ ਦੇ ਨਾਲ ਬੀਤੀ ਹੈ, ਕਿਵੇਂ ਉਹ ਆਪਣੇ ਪਿਤਾ ਨੂੰ ਲੱਭਦੇ ਰਹੇ ਪਰ ਡਰ ਤੇ ਸਹਿਮ ਦੇ ਕਰਕੇ ਕੁਛ ਬੋਲ ਨਹੀਂ ਸਕੇ। ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਗੱਲਬਾਤ ਕੀਤੀ। 84 ਜਿਹੜੇ ਪੀੜਿਤ ਪਰਿਵਾਰ ਨੇ, ਵਾਕਿਆ ਹੀ ਇੱਕ ਬਹੁਤ ਵੱਡਾ ਦਰਦ ਉਹਨਾਂ ਦੇ ਸੀਨੇ ਦੇ ਵਿੱਚ ਹੈ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।